डियर टीचर, दिस इज अ स्मॉल वीडियो फॉर बायोमेट्रिक अटेंडेंस सिस्टम। सब तो पहले तुसी क्या करना है, सब तो पहले अपना ई पंजाब स्कूल दे ऊपर लॉगिन करोगे। उस दे ऊपर लॉगिन करन ते इत्थे इक लिंक है, मैं इस नूं जूम कर रहा, ऐप स्टोर होम पेज दे ऊपर, ई पंजाब दे होम पेज दे ऊपर विदाउट एनी पासवर्ड एक लिंक है ऐप स्टोर। ऐप स्टोर दे ऊपर जाके तुसी ऐप फॉर स्टाफ अटेंडेंस दे विच बायोमैट्रिक अटेंडेंस दी ऐप है, जिस ते क्लिक करके तुसी ए ऐप डाउनलोड कर सकते हो। इस नूं ओके करोगे, ओके करन ते ऐप डाउनलोड हो जाएगी। डाउनलोड करन तो बाद तुसी अपनी मशीन नूं कनेक्ट करोगे फोन दे नाल। कनेक्ट करन तो बाद अपनी ऐप ओपन करोगे। ऐप दे विच इस तरह दी स्क्रीन थोड़े कोल आएगी, जिस दे विच तुसी अपने स्कूल दा आईडी और पासवर्ड फिलअप करना है। ਇਹ ਜੋ ਆਈ ਡੀ ਔਰ ਪਾਸਵਰਡ ਹੈ ਇਹ ਤੁਹਾਡੇ ਸਕੂਲ ਲੌਗਇਨ ਅਕਾਊਂਟ ਦੇ ਵਿੱਚ ਬਾਇਓਮੈਟ੍ਰਿਕ ਮੈਨਿਊ ਦੇ ਅੰਦਰ ਅਵੇਲੇਬਲ ਹੈ। ਆਲਰੇਡੀ ਤੁਹਾਨੂੰ ਜਿਹੜੇ ਇਹਦੇ ਡਿਸਕ੍ਰਿਪਸ਼ਨ ਨੇ ਆਲਰੇਡੀ ਪਹਿਲੇ ਵੀ ਦੱਸਿਆ ਜਾ ਚੁੱਕਿਆ। ਇਹਦੇ ਵਿੱਚ ਸਪੋਜ਼ ਸਕੂਲ ਹੈੱਡ ਜਾਂ ਸਕੂਲ ਅਫੀਸ਼ੀਅਲ ਜੋ ਵੀ ਇਸ ਨੂੰ ਓਪਰੇਟ ਕਰ ਰਿਹਾ ਆਪਣੇ ਇਸ ਸਕਰੀਨ ਦੇ ਉੱਪਰ ਐਪ ਦੇ ਉੱਪਰ ਆਪਣੇ ਸਕੂਲ ਦਾ ਬਾਇਓਮੈਟ੍ਰਿਕ ਲੌਗਇਨ ਆਈ ਡੀ ਐਂਡ ਪਾਸਵਰਡ ਪੁੱਟਅਪ ਕਰਨ ਤੋਂ ਬਾਅਦ ਤੁਸੀਂ ਇਸ ਨੂੰ ਲੌਗਇਨ ਕਰੋਗੇ। ਲੌਗਇਨ ਤੋਂ ਬਾਅਦ ਤੁਹਾਡੇ ਕੋਲ ਇਹ ਸਕਰੀਨ ਜਿਹੜੀ ਹੈ ਤੁਹਾਡੇ ਕੋਲ ਆਏਗੀ। ਇਸ ਦੇ ਵਿੱਚ ਸਭ ਤੋਂ ਪਹਿਲੀ ਆਪਸ਼ਨ ਜੋ ਹੈ ਸਿਲੈਕਟ ਡਿਵਾਈਸ, ਜੋ ਤੁਸੀਂ ਵਨ ਟਾਈਮ ਸਿਲੈਕਟ ਕਰਨਾ ਹੈ। ਸਿਲੈਕਟ ਡਿਵਾਈਸ ਦੇ ਵਿੱਚ ਤੁਹਾਡੇ ਕੋਲ ਇੱਥੇ ਕਲਿੱਕ ਕਰੋਗੇ ਸਿਲੈਕਟ ਡਿਵਾਈਸ। ਸਾਡੇ ਸਕੂਲ ਵਿੱਚ ਦੋ ਤਰ੍ਹਾਂ ਦੀਆਂ ਮਸ਼ੀਨ ਚੱਲ ਰਹੀਆਂ ਨੇ, ਇੱਕ ਤਾਤਵਿਕ ਦੀਆਂ, ਇੱਕ ਸੈਕੂਜਨ ਦੀਆਂ। ਔਰ ਜਿਹੜੀਆਂ ਲਗਭਗ ਹੁਣ ਲੇਟੈਸਟ ਪ੍ਰੋਵਾਈਡ ਕਰਵਾਈਆਂ ਗਈਆਂ ਨੇ ਉਹ ਸਾਰੀਆਂ ਮਸ਼ੀਨਸ ਹੀ ਤਾਤਵਿਕ ਦੀਆਂ ਨੇ। ਤੋ ਇੱਥੋਂ ਤਾਤਵਿਕ ਰੇਡੀਓ ਬਟਨ ਤੇ ਸਿਲੈਕਟ ਕਰਕੇ ਤੁਸੀਂ ਓਕੇ ਕਰ ਸਕਦੇ ਹੋ, ਔਰ ਜਗ੍ਹਾ ਆਲਰੇਡੀ ਸਿਲੈਕਟਡ ਹੈ ਇਹਨੂੰ ਵਾਪਿਸ ਸਿਲੈਕਟ ਕਰਕੇ ਤਾਤਵਿਕ ਵਾਪਿਸ ਆ ਜਾਓਗੇ। ਔਰ ਸਭ ਤੋਂ ਪਹਿਲਾਂ ਕਿਆ ਕਰਨਾ, ਸਾਰੇ ਸਟਾਫ ਦੀਆਂ ਤੁਸੀਂ ਫਿੰਗਰ ਸਕੈਨ ਕਰਨੀਆਂ ਨੇ। ਉਸ ਦੇ ਲਈ ਤੁਹਾਨੂੰ ਅਟੈਂਡੈਂਸ ਵਾਲੇ ਜਿਹੜੇ ਲਿੰਕ ਦੇ ਵਿੱਚ ਕਲਿੱਕ ਕਰਨਾ ਪਏਗਾ। ਅਟੈਂਡੈਂਸ ਦੇ ਉੱਪਰ ਕਲਿੱਕ ਕਰੋ। ਅਟੈਂਡੈਂਸ ਦੇ ਉੱਪਰ ਕਲਿੱਕ ਕਰਨ ਲਈ ਤੁਹਾਡੇ ਕੋਲ ਮਾਰਕ ਅਟੈਂਡੈਂਸ, ਸਕੈਨ ਫਿੰਗਰਪ੍ਰਿੰਟ, ਵਿਊ ਅਟੈਂਡੈਂਸ, ਸਬਮਿਟ ਲੀਵ ਦੀ ਜਾਂ ਸਬਮਿਟ ਔਨ ਡਿਊਟੀ ਦੀ ਆਪਸ਼ਨ ਮਿਲੇਗੀ। ਸਭ ਤੋਂ ਪਹਿਲਾਂ ਸਾਰੇ ਸਟਾਫ ਦੀਆਂ ਫਿੰਗਰ ਜਿਹੜੀਆਂ ਨੇ ਸਕੈਨ ਕਰਨੀਆਂ ਨੇ, ਸਕੈਨ ਫਿੰਗਰਪ੍ਰਿੰਟ ਤੇ ਕਲਿੱਕ ਕਰੋ। ਉਸ ਤੋਂ ਬਾਅਦ ਸਾਰੇ ਸਟਾਫ ਦਾ ਜਿਹੜਾ ਨੇਮ ਹੈ ਤੁਹਾਡੇ ਸਾਹਮਣੇ ਆ ਜਾਏਗਾ। ਸਪੋਜ਼ ਇਹ ਡੀਓ ਐਲੀਮੈਂਟਰੀ ਦੀ ਮਸ਼ੀਨ ਹੈ ਤਾਂ ਇਸ ਦੇ ਵਿੱਚ ਡੀਓ ਐਲੀਮੈਂਟਰੀ ਦੇ ਸਾਰੇ ਸਟਾਫ ਦਾ ਨੇਮ ਆ ਰਿਹਾ। ਇਸ ਦੇ ਵਿੱਚ ਅਗਰ ਮੈਂ ਆਪਣੇ ਇੱਕ ਕਲੀਗ ਦੀ ਫਿੰਗਰ ਸਕੈਨ ਕਰਨੀ ਤਾਂ ਉਸਦਾ ਪ੍ਰੋਸੈਸ ਇਸ ਤਰ੍ਹਾਂ। ਸਪੋਜ਼ ਮੈਮ ਇੱਕ ਆਪਣੇ ਕਲੀਗ ਦੀ ਜੋ ਹੈ ਫਿੰਗਰ ਸਕੈਨ ਕਰ ਰਿਹਾ ਤਾਂ ਇਹਦਾ ਪ੍ਰੋਸੈਸ ਹੈ, ਮੈਂ ਉਸਦੇ ਨੇਮ ਤੇ ਕਲਿੱਕ ਕਰਾਂਗਾ। ਸਪੋਜ਼ ਇਹ ਮੈਂ ਨੇਮ ਤੇ ਕਲਿੱਕ ਕਰ ਰਿਹਾ, ਉਸ ਤੋਂ ਬਾਅਦ ਮਸ਼ੀਨ ਜੋ ਹੈ ਬਲਿੰਕ ਕਰੇਗੀ। ਬਲਿੰਕ ਕਰਨ ਤੇ ਆਪਣਾ ਫਿੰਗਰ ਇੰਪ੍ਰੈਸ਼ਨ ਦਿੱਤਾ ਜਾਵੇ, ਵਨ ਟਾਈਮ ਪਿਕ ਕਰ ਲਓ, ਸੈਕਿੰਡ ਟਾਈਮ ਮਸ਼ੀਨ ਆਨ ਹੋ ਰਹੀ ਹੈ, ਸੈਕਿੰਡ ਫਿੰਗਰ, ਸੋਰੀ ਉਹੀ ਉਸੇ ਫਿੰਗਰ ਨੂੰ ਦੂਸਰੀ ਵਾਰ ਦੇਣਾ ਪ੍ਰਿੰਟ, ਉਠਾ ਲਓ। ਇਸ ਤੁਸੀਂ ਦੇਖਿਆ ਕਿ ਇੱਕ ਫਿੰਗਰ ਦੇ ਕਿਸੇ ਵੀ ਇੰਪਲੋਈ ਦੇ ਇੱਕ ਫਿੰਗਰ ਦੇ ਤਿੰਨ ਇੰਪ੍ਰੈਸ਼ਨ ਦੇਣੇ ਆ, ਇੱਕੋ ਹੀ ਫਿੰਗਰ ਦੇ ਤਿੰਨ ਇੰਪ੍ਰੈਸ਼ਨ ਦੇਣੇ ਆ, ਔਰ ਬੈਸਟ ਇੰਪ੍ਰੈਸ਼ਨ ਤੁਹਾਡਾ ਸਰਵਰ ਤੇ ਸੇਵ ਹੁੰਦਾ। ਅਗਰ ਤੁਹਾਡੀ ਫਿੰਗਰ ਸਕਸੈਸਫੁਲੀ ਸਕੈਨ ਹੋ ਜਾਂਦੀ ਹੈ, ਫਿੰਗਰ ਸਕੈਨ ਸਕਸੈਸਫੁਲੀ ਦਾ ਮੈਸੇਜ ਤੁਹਾਨੂੰ ਮਿਲਦਾ ਔਰ ਫਿੰਗਰ ਸਕੈਨ ਹੋ ਗਈ ਹੈ। ਇਸ ਤਰ੍ਹਾਂ ਵਨ ਬਾਏ ਵਨ ਤੁਸੀਂ ਸਾਰਿਆਂ ਦਾ ਜੋ ਹੈ ਫਿੰਗਰ ਸਕੈਨ ਕਰ ਲੈਣੀ ਹੈ, ਔਰ ਵਾਪਿਸ ਅਟੈਂਡੈਂਸ ਤੇ ਜਾ ਕੇ ਉਸ ਤੋਂ ਬਾਅਦ ਮਾਰਕ ਅਟੈਂਡੈਂਸ ਦੀ ਆਪਸ਼ਨ ਕਲਿੱਕ ਕਰੋ। ਔਰ ਉਸ ਤੋਂ ਬਾਅਦ ਜਸਟ ਤੁਸੀਂ ਅਟੈਂਡੈਂਸ ਲਗਾਉਣ ਲਈ ਮਸ਼ੀਨ ਆਨ ਹੋਣ ਦਾ ਵੇਟ ਕਰਨਾ, ਔਰ ਮਸ਼ੀਨ ਆਨ ਹੁੰਦੀ ਫਿੰਗਰ ਪਲੇਸ ਕਰੋ ਜੋ ਆਲਰੇਡੀ ਸਕੈਨ ਕੀਤੀ ਹੈ, ਔਰ ਇਮੀਡੀਏਟਲੀ ਵਾਪਿਸ ਲੈ ਲਓ। ਥੈਂਕ ਯੂ, ਅਟੈਂਡੈਂਸ ਮਾਰਕਡ ਸਕਸੈਸਫੁਲੀ। ਦੋ ਇੱਕ ਸਿੰਪਲ ਜਿਹਾ ਪ੍ਰੋਸੈਸ ਹੈ।